अज जिला तरन तारण हलका खडूर साहब विच कांग्रेस पार्टी नूं उस वेले वड्डा झटका लगा जद कांग्रेस पार्टी दे वख-वख अहुदिआं उत्ते सेवावां निभा चुके अते 2007 दीआं तरन तारण विधानसभा चोणां लड़न वाले सिरकट आगू मनजीत सिंह कसीटपुरा कांग्रेस पार्टी नूं छड्ड के अकाली दल विच शामिल हो गए। इस मौके श्रोमणी अकाली दल दे प्रधान सरदार सुखबीर सिंह बादल अते बिक्रम सिंह मजीठिया समेत कई होर सीनियर अकाली आगू शामिल सन। मेरा नाम मनजीत सिंह कसीटपुर है जी। मैं लंबे समय तो कांग्रेस पार्टी दे विच सी। समय समय के नाल मैं कांग्रेस पार्टी दे विच उच्च अहुदिआं ते रहा हाँ, जिन्हां दे विच मैं जिला अमृतसर यूथ कांग्रेस का प्रधान भी रहा, पंजाब यूथ कांग्रेस का जनरल सैकटरी रहा। कांग्रेस जिला अमृतसर जदों जिला अमृतसर तरन तारण इक्को जिला हुंदा सी उदों वाइस प्रधान रहा जिले का। 2007 दे विच मैं तरन तारण तो कांग्रेस की टिकट के उत्ते विधानसभा की इलैक्शन भी लड़ी आ। फिर मैं जिला कांग्रेस तरन तारण का प्रधान भी रहा। लंबे समय तक जो भी पार्टी ने जिम्मेवारियां दित्तियां उन्होंने मैं बाखूबी निभाया। अज कांग्रेस पार्टी भाजी मैं दूसरी पीढ़ी तो कांग्रेस के नाल चले आ रहा लंबे समय तो, पर कुछ हालात इदा के बन गए क्योंकि एक तो कांग्रेस के विच वो कल्चर नहीं रहा जिहड़ी कांग्रेस के विच असीं होया करदे सी। हुण सरमाएदारी जगीरदारी दी कांग्रेस आ, माया का बोलबाला आ, कोई इत्थे वर्कर की पुछ प्रतीत नहीं। सब तो वध मेरे मन नूं उदों दुख लगा जदों कांग्रेस दे सरकार दे विच एक बहुत वड्डी नेरी झुली, खासकर तरन तारण जिले दे विच जो आप सब नूं पता ही है कि शराब दा एक बड़ा वड्डा स्कैंडल सामने आया। उदों मन नूं बड़ी ठेस पहुँची भी जिहड़ी सरकार दे विच जिन्हां लीडरां दे नाल काम कर रहे हैं जी, उन्होंने एहो जी काम कराने कि नशियां दे खिलाफ जो असी लड़ाई लड़ते हैं भी नशियां दे ही खिलाफ चलना, पर साड़ी सरकार दे विच नशियां दे नाल इन्नियां मौतां हो जाणियां। उस वेले मन दी आवाज़ दे नाल मैं इस्तीफा दिता। पार्टी हाथ की करोगे अज तरह पार्टी शामिल हो रही अकाली दल बादल पार्टी शामिल हो रही? देखो जी, पार्टी च शामिल होकर पार्टी का वफादार सिपाही बनांगे, जो भी हुक्म लाऊगी पार्टी ਉਹਨੂੰ ਆਪਣੀ ਮਨ ਤਨ ਦੇ ਨਾਲ ਪੂਰਾ ਨਿਭਾਵਾਂਗੇ। ਕੋਈ ਜ਼ਿਕਰ ਕੀਤਾ ਸੀ ਜਦੋਂ 4 ਜਾਂ 5 ਮੀਟਿੰਗਾਂ ਹੋਈਆਂ ਸੀ ਕਿ ਸੈਂਟਰ ਦੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ, ਸੈਂਟਰ ਦੀ ਸਰਕਾਰ ਨਹੀਂ ਚਾਹੁੰਦੀ ਹੱਲ ਕਰਨਾ, ਜਾਣ ਕੇ ਆ ਮੀਟਿੰਗਾਂ 'ਚ ਪਾ ਪਾ ਕੇ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਅਸੀਂ ਇੰਟਰਸਟਿਡ ਹੈ, ਪਰ ਇੰਪ੍ਰੈਸ਼ਨ ਗਲਤ ਦਿੰਦੀ ਹੈ। ਉਹ ਇੰਟਰਸਟਿਡ ਨਹੀਂ ਹੈ ਅਤੇ ਇਹਨਾਂ ਨੇ ਜਿਵੇਂ ਆ ਤਾਂ ਜੀ ਸਿੰਘ ਉਹ ਸੋਚਦੇ ਕਿ ਕਿਸਾਨ ਉਹ ਆਪਣੇ ਆਪ ਹੀ ਅੱਕ ਕੇ ਵਾਪਸ ਆ ਜਾਣਗੇ, ਬੜੀ ਗਲਤ ਫਹਿਮੀ 'ਚ। 3-4 ਕਿਸਾਨ ਆਗੂਆਂ ਨੂੰ NIA ਦੇ ਨੋਟਿਸ ਭੇਜੇ ਗਏ, ਦਿੱਲੀ ਬੁਲਾਇਆ ਗਿਆ NIA ਦੇ ਆਫਿਸ। ਮੈਂ ਇਹ ਵੀ ਸੋਚਦਾ ਆ ਸੋਚਦੇ ਹੈ NIA ਦੇ ED ਦੇ ਜਿਹੜੇ ਨੋਟਿਸ, ਜੇ ਤੁਸੀਂ ਇਹਨਾਂ ਨੂੰ NIA ਦਾ ਮਤਲਬ ਕੀ ਹੈ, ਨੈਸ਼ਨਲ ਜਿਹੜੀ ਹੈ ਐਂਟੀ ਨੈਸ਼ਨਲ ਐਕਟੀਵਿਟੀਜ਼, ਜਿਹੜੇ ਕਿਸਾਨ ਦੇਸ਼ ਦਾ ਅੰਨ ਭਰਦੇ ਆ, ਪੂਰੇ ਦੇਸ਼ ਦੇ ਖਜ਼ਾ ਆਪਣਾ ਪੂਰਾ ਅੰਨ ਦਿੰਦੇ ਆ, ਕਿ ਉਹ ਉਹਨਾਂ ਨੂੰ ਇੰਟਰਨੈਸ਼ਨਲ ਕਹਿਣਾ, ਮੈਂ ਕਹਿੰਦਾ ਸਭ ਤੋਂ ਵੱਡਾ ਪਾਪ ਆਈ ਹੈ। ਸਰ ਇੱਕ ਵੇਖਣ ਟੀਕਾਕਰਨ ਅੱਜ ਕੀਤਾ ਗਿਆ ਵੈਕਸੀਨ ਜਿਹੜੇ ਪੰਜਾਬ ਦੇ ਵਿੱਚ ਹੋ ਰਹੀ ਹੈ, ਤੁਸੀਂ ਹੈਲਥ ਵਰਕਰਸ ਨੂੰ ਟੀਕਾ ਲਾਇਆ ਗਿਆ, ਪਰ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨੇ ਨਹੀਂ ਲਵਾਇਆ। ਮੈਂ ਤਾਂ ਉਹੀ ਕਹਿਣਾ ਚਾਹੁੰਦਾ ਹਾਂ ਜਿਵੇਂ ਅਮਰੀਕਾ 'ਚ ਜਦੋਂ ਵੈਕਸੀਨੇਸ਼ਨ ਸ਼ੁਰੂ ਹੋਈ ਤਾਂ ਜੋ ਬਾਈਡਨ ਜੋ ਰਾਸ਼ਟਰਪਤੀ ਹੁਣ ਬਣਿਆ ਉਹਨੇ ਸਭ ਤੋਂ ਪਹਿਲੇ ਲਾਇਆ, ਕਿਉਂਕਿ ਇੱਕ ਸੈਂਸ ਆਫ ਹੁੰਦੀ ਹੈ ਰਿਸਪੋਂਸੀਬਿਲਿਟੀ। ਸੋ ਕੈਪਟਨ ਸਾਹਿਬ ਨੂੰ ਲਾਉਣਾ ਚਾਹੀਦਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।